ਅਸਲਾਮੁਅਲੈਕੁਮ ਸੱਜਣੋ ਤੇ ਮਿੱਤਰੋ, ਭੈਣੋ ਤੇ ਭਰਾਵੋ, ਛੋਟੇ ਤੋਂ ਵੱਡੇ ਵਿਹਲੇ ਤਾਂ ਕੰਮ ਆ, ਤੁਹਾਡਾ ਆਪਣਾ ਵੀਰ ਚੌਧਰੀ ਬ੍ਰੈਂਡ। ਉਮੀਦ ਕਰਦਾ ਤੁਸੀਂ ਸਾਰੇ ਖੈਰ ਨਾਲ ਖੁਸ਼ਬਾਸ਼ ਹੋ ਗਏ। ਅਲਹਮਦੁਲਿਲਾ, ਮੈਂ ਵੀ ਠੀਕ ਠਾਕ। ਬਾਸ ਘਾਤ ਹੁੰਦਾ ਨਾ, ਬੰਦਾ ਕਹਿੰਦਾ ਕਿਸੇ ਕੰਮ ਤੋਂ ਇਨਕਾਰ ਵੀ ਕਰ ਦਈਏ ਅਤੇ ਤਲਕ ਵੀ ਬਚਿਆ ਰਹੇ। ਬਾਸ ਘਾਤ ਇੱਦਾਂ ਹੁੰਦੀ ਹੈ ਕਿ ਕਿਸੇ ਮਹਿਫਲ 'ਚ ਬੰਦਾ ਬੈਠਾ ਹੋਵੇ, ਕੋਈ ਬਹਿਸ ਹੋਣ ਲੱਗ ਪਵੇ, ਤਾਂ ਬੰਦੇ ਨੂੰ ਪਤਾ ਹੋਵੇ ਯਾਰ ਇੱਥੇ ਕੰਮ ਖਰਾਬ ਹੋ ਰਿਹਾ, ਉੱਥੇ ਬੰਦਾ ਕਹੇ ਅਸਲਾਮੁਅਲੈਕੁਮ ਭਾਈ ਤੁਸੀਂ ਠੀਕ ਹੋ, ਮੈਂ ਗਲਤ ਹਾਂ। ਵੀ ਉਸ ਬੰਦੇ ਦੀ ਗੱਲ ਦਾ ਜਿਹੜਾ ਜਵਾਬ ਦੇਣਾ ਸੀ ਉਹ ਤੋਂ ਵੀ ਇਨਕਾਰ ਹੋ ਗਿਆ, ਤਲਕ ਵੀ ਬਚ ਗਿਆ। ਬਾਜ਼ ਔਕਾਤ ਇਹ ਚੀਜ਼ਾਂ ਦਾ ਹਿਸਾਬ ਕਿਤਾਬ ਆ ਜਾਂਦਾ ਕਿ ਬੰਦੇ ਦੀ ਲੈਣ ਦੇਣ ਹੁੰਦੀ ਹੈ, ਬੰਦੇ ਨੂੰ ਪਤਾ ਹੁੰਦਾ ਇੱਥੇ ਕਿ ਮੈਂ ਅਗਰ ਲੈਣ ਦੇਣ ਕੀਤਾ ਤਾਂ ਮੇਰਾ ਤਲਕ ਖਰਾਬ ਹੋਏਗਾ। ਬੰਦਾ ਫਸਟ ਟਾਈਮ ਹੀ ਇਨਕਾਰ ਕਰ ਦੇਵੇ ਕਿ ਜਿਸ ਟਾਈਮ ਉਹ ਪਹਿਲੀ ਦਫ਼ਾ ਆਇਆ ਨਾ ਉਸ ਟਾਈਮ ਇਨਕਾਰ ਕਰ ਦੂੰਗਾ, ਤੁਹਾਡਾ ਤਲਕ ਬਚਿਆ ਰਹੇਗਾ, ਉਹ ਅਗਲਾ ਬੰਦਾ ਵੀ ਨਾਰਾਜ਼ ਨਹੀਂ ਹੋਏਗਾ। ਇੱਕ ਤੁਸੀਂ ਐਸੀ ਕੰਡੀਸ਼ਨ ਦੇ ਵਿੱਚ ਬਜ਼ਾਤੇ ਖੁਦ ਵੀ ਹੋਵੋ, ਕਿਸੇ ਦੇ ਨਾਲ ਕੋਈ ਆਇਆ ਵਾ ਤੁਹਾਡੇ ਕੋਲ ਯਾਰ ਮੇਰਾ ਕੰਮ ਕਰ ਦੇ, ਤੁਸੀਂ ਉਹਦਾ ਕੰਮ ਕਰ ਦਿੰਦੇ ਹੋ, ਤੁਹਾਨੂੰ ਵੀ ਜ਼ਰੂਰਤ ਹੋਵੇ ਉਸੇ ਕੰਮ ਦੀ, ਲੇਕਿਨ ਉਹ ਵਾਅਦਾ ਕਰਕੇ ਗਿਆ ਹੋਵੇ, ਉਹਨੂੰ ਕੋਈ ਮਜਬੂਰੀ ਪੈ ਜਾਵੇ ਕਿ ਯਾਰ ਮੇਰੇ ਕੋਲ ਤਾਂ ਨਹੀਂ ਹੁਣ ਹੋ ਸਕਦਾ ਹੈਗਾ, ਮੇਰੇ ਤਾਂ ਆਪ ਬੜੇ ਮਸਲੇ ਮਸਾਇਲ ਸ਼ੁਰੂ ਹੋ ਗਏ, ਕੁਛ ਦਿਨ ਹੋਰ ਸਬਰ ਕਰ ਲਾ। ਫਿਰ ਬੰਦੇ ਦੀ ਜਿਹੜੀ ਨਾ ਉਹ ਤਲਕਦਾਰੀ ਹੈਗੀ ਆ, ਉਹ ਫਿਰ ਇੱਕ ਲੜਾਈ ਦੀ ਬਹਿਸ ਵਾਸਾ, ਗੱਲਾਂ ਬਾਤਾਂ, ਗਾਲੀ ਗਲੋਚ, ਫਿਰ ਤਲਕ ਦੂਰ ਹੁੰਦਾ ਜਾਏਗਾ। ਇਹ ਚੀਜ਼ਾਂ ਜਿਹੜੀ ਹੈਗੀਆਂ ਨਾ, ਇਨਸਾਨ ਨੂੰ ਪਤਾ ਹੁੰਦਾ ਪਹਿਲਾਂ ਕਿ ਯਾਰ ਮੇਰਾ ਫਲਾਂ ਤਲਕਦਾਰ ਬੰਦਾ ਹੈਗਾ ਕਿਸ ਸੁਰਤ ਹਾਲ ਦਾ ਵਾ, ਕਿ ਫਲਾਂ ਜਿਹੜਾ ਮੇਰਾ ਰਿਸ਼ਤੇਦਾਰ ਹੈਗਾ ਉਹ ਕਿੱਦਾਂ ਦਾ ਹੈਗਾ, ਫਲਾਂ ਮੇਰਾ ਯਾਰ ਹੈਗਾ ਉਹਨਾਂ ਮੈਂ ਇੱਦਾਂ ਦੀ ਗੱਲ ਕਰਾਂਗਾ, ਉਹ ਕਿੱਦਾਂ ਦਾ ਮੁਨਾਸਬ ਫੇਲ ਕਰੇਗਾ ਮੇਰੇ ਨਾਲ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਨਸਾਨ ਨੂੰ ਪਹਿਲਾਂ ਪਤਾ ਹੁੰਦਾ। ਇਸ ਵਾਸਤੇ ਸਾਨੂੰ ਆਪ ਕੋਸ਼ਿਸ਼ ਚਾਹੀਦੀ ਹੈ ਕਿ ਅਸੀਂ ਐਸੀ ਜਗ੍ਹਾ 'ਤੇ ਜਾ ਕੇ ਨਾ ਕੋਈ ਇੱਦਾਂ ਦੀ ਗੱਲ ਕਰੀਏ ਕਿ ਸਾਡਾ ਤਲਕ ਖਰਾਬ ਹੋ ਜਾਵੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾ, ਇਨਸਾਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਨਸਾਨ ਨੇ ਗਲਤੀਆਂ ਕਰਦਾ ਵਾ। ਮਿਸਾਲ ਤੌਰ 'ਤੇ ਬੰਦੇ ਸ਼ਾਦੀਸ਼ੁਦਾ ਹੁੰਦੇ ਨੇ, ਸੁਬਾਹ ਤਿਆਰ ਹੋ ਕੇ ਆਫਿਸ ਜਾਂਦੇ ਨੇ, ਸਾਰਾ ਦਿਨ ਥੱਕੇ ਥਕਾ ਕੇ ਆਉਂਦੇ ਨੇ ਘਰ ਆ ਕੇ, ਫਿਰ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਹੈਗੇ, ਆਪਣੇ ਕੰਮ ਕੁੰਮ ਨਿਬੇੜੇ, ਉੱਧਰ ਚਲੇ ਗਏ ਉੱਧਰ ਚਲੇ ਗਏ, ਬਸ ਇਹੀ ਹਿਸਾਬ ਕਿਤਾਬ ਜਦੋਂ ਰੱਖਦੇ ਨੇ ਨਾ, ਫਿਰ ਉਹਨਾਂ ਦਾ ਮਾਂ ਬਾਪ ਦਾ ਜਿਹੜਾ ਬਾਪ ਦਾ ਬੇਟੇ ਨਾਲ ਤਲਕ ਹੁੰਦਾ ਨਾ, ਉਹ ਫਿਰ ਥੋੜ੍ਹਾ ਜਿਹਾ ਦੂਰ ਹੋਣਾ ਸ਼ੁਰੂ ਹੁੰਦਾ। ਇਹ ਅਕਸਰ ਦੇਖਿਆ ਵਾ, ਸੁਣਿਆ ਨਹੀਂ, ਦੇਖਿਆ ਵੀ ਗਿਆ ਵਾ ਕਿ ਵਜ੍ਹਾ ਹੀ ਇਹ ਹੈਗੀ ਆ ਕਿ ਅਸੀਂ ਆਈਏ ਪਹਿਲਾਂ ਆ ਗਏ, ਹਾਂਜੀ ਬਾਬਾ ਜੀ ਅੱਜ ਆਪਾਂ ਕਿਤੇ ਜਾਣਾ ਵਾ, ਇਨਕਾਰ ਹੋ ਗਿਆ, ਸਿੱਧੇ ਗੁੱਸੇ ਨਾਲ ਕਰਦਾ। ਕਿਉਂਕਿ ਬੰਦਾ ਜਦੋਂ ਆਫਿਸ ਆ ਰਿਹਾ ਹੁੰਦਾ, ਕੰਮ ਥਾਰ ਤੋਂ ਕਿਤੋਂ ਵੀ ਕੋਈ ਕਾਰੋਬਾਰ ਕਰਕੇ ਆ ਰਿਹਾ ਹੁੰਦਾ, ਥਕਾਵਟ ਤਾਂ ਹੋ, ਬੰਦਾ ਗੁੱਸੇ ਨਾਲ ਕਰ ਦਿੰਦਾ, ਨਹੀਂ ਯਾਰ ਉਹ ਬੱਚੇ ਦੇ ਦਿਲ 'ਚ ਤਾਂ ਆਉਣੀ ਆ, ਇੰਨੇ ਦਿਨਾਂ ਦਾ ਵਾਅਦਾ ਕੀਤਾ ਹੋਇਆ ਸੀ। ਇਹੀ ਗੱਲ ਦਾ ਜਿਹੜਾ ਜਵਾਬ ਆ ਨਾ, ਉਹ ਪਿਆਰ ਮੁਹੱਬਤ ਨਾਲ ਵੀ ਦੇ ਸਕਦੇ ਆ, ਅੱਛਾ ਬੇਟਾ ਜੀ ਮੈਂ ਥੋੜ੍ਹਾ ਜਿਹਾ ਆਰਾਮ ਕਰ ਲਵਾਂ ਫਿਰ ਆਪਾਂ ਚੱਲਦੇ ਹਾਂ। ਕਿਉਂਕਿ ਜਦੋਂ ਤਲਕ ਬਚਾਉਣਾ ਹੋਵੇ ਨਾ, ਫਿਰ ਬੰਦੇ ਨੂੰ ਥੋੜ੍ਹਾ ਜਿਹਾ ਸਬਰ ਅਤੇ ਹਮਲ ਦੇ ਨਾਲ ਹਰ ਗੱਲ ਦਾ ਜਵਾਬ ਦੇਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਦੇਖਣ ਨੂੰ, ਸੁਣਨ ਨੂੰ ਅਤੇ ਪੜ੍ਹਨ ਨੂੰ ਬਹੁਤ ਸੌਖੀਆਂ ਲੱਗਦੀਆਂ। ਜਦੋਂ ਬੰਦਾ ਇਸ ਕੰਡੀਸ਼ਨ ਦੇ ਵਿੱਚ ਆਉਂਦਾ ਨਾ, ਬੰਦੇ ਨੂੰ ਫਿਰ ਪਤਾ ਲੱਗਦਾ ਹੈਗਾ ਯਾਰ ਮੈਂ ਤਾਂ ਬਹੁਤ ਵੱਡੀਆਂ ਗਲਤੀਆਂ ਕਰ ਲਈਆਂ। ਬਾਅਦ ਬਾਅਦ ਵੇਖੀਦਾ ਉਹਨਾਂ ਦਾ ਬੜਾ ਗਹਿਰਾ ਤਲਕ ਹੁੰਦਾ ਵਾ, ਲੈਣ ਦੇਣ ਦੇ ਵਿੱਚ ਉਹਨਾਂ ਦਾ ਤਲਕ ਖਤਮ ਹੋ ਗਿਆ। ਇਹ ਅਸੀਂ ਆਪਣੇ ਆਪ ਨੂੰ ਚੇਂਜ ਕਰਾਂਗੇ, ਕੱਲ੍ਹ ਨੂੰ ਆਪਾਂ ਕਿਸੇ ਨੂੰ ਸਿਹਤ ਦੇ ਸਕਾਂਗੇ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ। ਮੈਂ ਆਪਣੇ ਆਪ ਨੂੰ ਬਦਲੂੰਗਾ, ਕਿਸੇ ਨੂੰ ਕਹਿ ਸਕੂੰਗਾ ਨਾ ਯਾਰ ਤੂੰ ਆਹ ਕੰਮ ਇੱਦਾਂ ਨਾ ਕਰ, ਅਗਰ ਉਹੀ ਕੰਮ ਮੈਂ ਕਰਦਾ ਵਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹੈਗਾ। ਇਹ ਚੀਜ਼ਾਂ ਜਿਹੜੀਆਂ ਨਾ, ਇਨਸ਼ਾਅੱਲਾ ਅਗਰ ਆਪਾਂ ਰੂਟੀਨ ਦੇ ਨਾਲ ਕਰਨੀਆਂ ਸ਼ੁਰੂ ਕਰ ਦਈਏ ਤਾਂ ਜ਼ਿੰਦਗੀ ਬਹੁਤ ਆਸਾਨ ਅਤੇ ਖੂਬਸੂਰਤ ਹੋ ਜਾਏਗੀ। ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਸਾਡਾ ਯੂਟਿਊਬ ਚੈਨਲ ਹੈਗਾ 145 ਫਾਊਂਡੇਸ਼ਨ, ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ। ਆਪਣਾ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਅੱਲਾ ਦੇ ਹਵਾਲੇ।